ਆ ਚੱਪਲਾਂ ਨੇ 70 ਰੁਪਈਆਂ ਦੀਆਂ, ਇਹਨਾਂ 16 ਰੁਪਏ ਟੈਕਸ ਦਿੱਤਾ ਹੈ। ਆ ਕੁੱਤਾ ਪਜਾਮਾ ਪਾਇਆ ਇਹਦੇ ਟੈਕਸ ਦਿੱਤਾ ਹੈ। ਆ ਮੋਬਾਈਲ ਲਿਆ ਇਹਦੇ ਟੈਕਸ ਦਿੱਤਾ ਹੈ। ਸਵੇਰੇ ਰੀਚਾਰਜ ਕਰਾਇਆ ਤੇ ਟੈਕਸ ਦਿੱਤਾ ਹੈ। ਨਬਾਰਡ ਤੋਂ ਘਰੇ ਮਸ਼ੀਨ ਨਹੀਂ ਲਾਈ ਹੋਈ, ਤੁਸੀਂ ਦੱਸੋ ਨਬਾਰਡ ਬੈਂਕ ਕੀ ਨਵਾਂ ਪੈਦਾ ਕਰ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ, ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹਾਂ। ਖਰੀਆਂ 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 ਦੇ ਵਿੱਚ ਗੱਲ ਕਰਦੇ ਹਾਂ। ਵੈਸੇ ਵੀ ਲੋਕ ਜੇ ਆਪਾਂ ਵੇਖੀਏ ਤਾਂ ਕਰਜ਼ੇ ਤੋਂ ਬੜੇ ਪਰੇਸ਼ਾਨ ਨੇ। ਕਰਜ਼ਾ ਲਿਆ ਜਾਂਦਾ ਲੇਕਿਨ ਦੇਣਾ ਬਹੁਤ ਮੁਸ਼ਕਲ ਹੁੰਦਾ। ਮੈਂ ਮੁਬਾਰਕਬਾਦ ਦਿੰਦਾ ਉਹਨਾਂ ਲੋਕਾਂ ਨੂੰ ਜੋ ਕਰਜ਼ਾ ਲੈਂਦੇ ਨੇ ਔਰ ਆਪਣਾ ਸਮੇਂ ਸਿਰ ਉਸ ਨੂੰ ਨਿਬੇੜਦੇ ਨੇ। ਲੇਕਿਨ ਬੈਂਕ ਕਰਮਚਾਰੀ ਜਦੋਂ ਪਿੰਡ ਦੇ ਵਿੱਚ ਕਰਜ਼ਾ ਲੈਣ ਵਾਸਤੇ ਲੋਕਾਂ ਦੇ ਕੋਲੋਂ ਆਏ ਤਾਂ ਪਿੰਡ ਦੇ ਲੋਕ ਆਪੇ ਵਿੱਚੋਂ ਬਾਹਰ ਹੋ ਗਏ ਔਰ ਉਹਨਾਂ ਨੂੰ ਸੁਣਾ ਦਿੱਤੀਆਂ ਖਰੀਆਂ ਖਰੀਆਂ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਰਹੀ ਹੈ ਜੀ, ਔਰ ਇਸ ਵੀਡੀਓ ਦੇ ਵਿੱਚ ਇੱਕ ਵੀਰ ਨੇ ਕਰਮਚਾਰੀਆਂ ਨੂੰ ਘੇਰ ਲਿਆ ਔਰ ਉਹਨਾਂ ਨੂੰ ਪੁੱਛਿਆ ਕਿ ਬੈਂਕਾਂ ਵਿੱਚ ਪੈਸਾ ਆਇਆ ਤਾਂ ਕਿੱਥੋਂ ਆਇਆ। ਔਰ ਪਹਿਲਾਂ ਵੇਖੋ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਹ ਵੀਡੀਓ। ਤੁਸੀਂ ਬੈਂਕ ਦੇ ਇੰਪਲਾਈ ਫੀਲਡ ਅਫਸਰ, ਤੁਸੀਂ ਇਹ ਸ਼ਬਦ ਕਹਿ ਰਹੇ ਹੋ ਕਿ ਸਾਨੂੰ ਨਬਾਰਡ ਤੋਂ ਲੋਨ ਲਿਆ ਸੀ? ਸਰ, ਅਸੀਂ ਨਬਾਰਡ ਤੋਂ ਲੋਨ ਲਿੱਤਾ, ਬਿਲਕੁਲ। ਅਸੀਂ ਰਿਕੁਐਸਟ ਕਰਦੇ ਹਾਂ ਕਿ ਸਾਨੂੰ ਬੈਂਕ ਨੂੰ ਇੰਨੇ ਨਬਾਰਡ ਤੋਂ ਪੈਸੇ ਆਏ ਕਿੱਥੋਂ? ਨਬਾਰਡ ਕੋਲ ਕਿੱਥੋਂ ਆਏ ਪੈਸੇ? ਨਬਾਰਡ ਕੋਲ ਤਾਂ ਹੈਗਾ ਸਰਕਾਰ ਦਾ ਪੈਸਾ, ਗਵਰਨਮੈਂਟ ਆਫ ਇੰਡੀਆ, ਜਿਹੜੀ ਰਿਜ਼ਰਵ ਬੈਂਕ ਆਫ ਇੰਡੀਆ, ਉਹਦਾ ਆਪਦਾ ਪੈਸਾ ਹੈਗਾ। ਰਿਜ਼ਰਵ ਬੈਂਕ ਆਫ ਇੰਡੀਆ ਕੋਲ ਪੈਸੇ ਕਿੱਥੋਂ ਆਏ? ਛਾਪਦੇ ਕਿਵੇਂ ਹੋ? ਕਿਉਂ ਜਾਂਦੇ ਸਰ? ਆਰਥਿਕ ਨੀਤੀ ਜਿਹੜੇ ਵੀ ਉਹਨਾਂ ਦੀ ਆਰਥਿਕ ਨੀਤੀ ਉਹ ਕੀ ਹੈ? ਮੈਨੂੰ ਉਹਨਾਂ ਦੀ ਆਰਥਿਕ ਨੀਤੀ ਦਾ ਕੀ ਪਤਾ? ਰੁਪਈਆ ਸ਼ਬਦ ਦਾ ਸਰਦਾਰ ਜੀ, ਜੋ ਪੈਦਾਇਸ਼ ਤੇ ਡਿਵੈਲਪ, ਜਿਹੜਾ ਜੋ ਪੈਦਾ ਹੋ ਰਿਹਾ ਨਵਾਂ, ਰੁਪਈਆ ਛਾਪਣ ਦੀ ਜਿਹੜੀ ਨੀਤੀ ਹੈ ਉਹ ਹੈ ਜੋ ਨਵਾਂ ਪੈਦਾ ਹੋ ਰਿਹਾ। ਨਵਾਂ ਇਸ ਦੁਨੀਆ 'ਤੇ ਕੀ ਪੈਦਾ ਹੋ ਰਿਹਾ? ਆ ਕਣਕ ਨਵੀਂ ਪੈਦਾ ਹੋਈ, ਅੱਗੇ ਤਾਂ ਨਹੀਂ ਸੀਗੀ ਪਿਛਲੇ ਸਾਲ। ਦੁੱਧ ਸਾਰਿਆਂ ਸਵੇਰੇ ਚੋਇਆ ਨਾ, ਰਾਤੀ ਤਾਂ ਨਹੀਂ ਸੀਗਾ, ਸਵੇਰੇ ਆਇਆ। ਮੇਰੇ ਬਾਹਰ ਹੁਣ ਲਸਣ ਹੈ, ਪਿਛਲੇ ਸਾਲ ਤਾਂ ਨਹੀਂ ਸੀਗਾ, ਹੁਣ ਇਸ ਸਾਲ ਆਇਆ। ਟਿੰਡੇ ਲੱਗੇ ਖੜੇ ਨੇ, ਅੱਜ ਤੋਂ ਹਫ਼ਤਾ ਪਹਿਲਾਂ ਤਾਂ ਨਹੀਂ ਸੀ, ਰਾਤੀ ਆਏ ਨਾ। ਕਰੰਸੀ ਸ਼ਬਦੀ ਜਦੋਂ ਕੋਈ ਚੀਜ਼ ਨਵੀਂ ਪੈਦਾ ਹੁੰਦੀ, ਨਵੀਂ ਪੈਦਾ ਦੇ ਤੁਸੀਂ ਦੱਸੋ ਨਬਾਰਡ ਬੈਂਕ ਕੀ ਨਵਾਂ ਪੈਦਾ ਕਰਦਾ? ਬੈਂਕ ਇੱਟਾਂ ਨੇ, ਕੁਰਸੀਆਂ ਨੇ, ਦੱਸੋ ਪੈਦਾ ਕੀ ਕਰਦਾ? ਤੁਸੀਂ ਕਹਿੰਦੇ ਮੈਂ ਨਬਾਰਡ ਤੋਂ ਲਿਆ, ਇਹ ਗੱਲਾਂ ਭੁੱਲ ਜਾਓ। ਅਸੀਂ ਵੀ ਹੁਣ ਬੜੇ ਪੜੇ ਜੇ ਕਿ ਨਬਾਰਡ ਤੋਂ ਲਿਆ ਏ, ਨਬਾਰਡ ਨੇ ਕਿੱਥੋਂ ਲਿਆ ਏ? ਆ ਚੱਪਲਾਂ ਨੇ 70 ਰੁਪਈਆਂ ਦੀਆਂ, ਇਹਨਾਂ 16 ਰੁਪਏ ਟੈਕਸ ਦਿੱਤਾ ਹੈ। ਆ ਕੁਰਤਾ ਪਜਾਮਾ ਪਾਇਆ ਇਹਦੇ ਟੈਕਸ ਦਿੱਤਾ ਹੈ। ਆ ਮੋਬਾਈਲ ਲਿਆ ਇਹਦੇ ਟੈਕਸ ਦਿੱਤਾ ਹੈ। ਸਵੇਰੇ ਰੀਚਾਰਜ ਕਰਾਇਆ ਤੇ ਟੈਕਸ ਦਿੱਤਾ ਹੈ। ਚਾਹ ਪੀਤੀ ਹੈ ਜਿਹੜੀ ਖੰਡ ਲਈ ਉਹਦੇ ਟੈਕਸ ਦਿੱਤਾ ਹੈ। ਬਿਸਕੁਟ ਸਵੇਰੇ ਨਸੀਬ ਕੋਲੋਂ ਲੈ ਕੇ ਗਿਆ, ਉਹਨਾਂ ਦਾ ਟੈਕਸ ਦਿੱਤਾ ਹੈ। ਪੈਟਰੋਲ ਪਵਾ ਕੇ ਲਿਆਂਦਾ, ਹੁਣ ਪੈਟਰੋਲ ਤੇ ਟੈਕਸ ਦਿੱਤਾ ਹੈ। ਮੋਟਰਸਾਈਕਲ ਲਿਆ ਹੈ, ਮੋਟਰਸਾਈਕਲ ਦੇ ਬਿੱਲ ਦੇ ਉੱਤੇ 43,000 ਰੁਪਇਆ ਇਕੱਲਾ ਟੈਕਸ ਲਿਖਿਆ ਹੋਇਆ ਹੈ। ਉਹ 43,000 ਉਹ ਨਬਾਰਡ ਨੂੰ ਦਿੱਤਾ ਤੇ ਨਬਾਰਡ ਨੇ ਉਹ ਤੁਹਾਨੂੰ ਦਿੱਤਾ ਤੇ ਤੁਹਾਡੇ ਤੋਂ ਅਸੀਂ ਲਿਆ ਹੈ। ਸਾਡੇ ਪੈਸੇ ਨੇ ਉਹ, ਕਿਉਂਕਿ ਕਣਕ ਦੇ ਪੈਦਾ ਹੋਣ ਨਾਲ ਪੈਸਾ ਬਣਿਆ ਸਾਡਾ ਹੈ, ਮਿਰਚਾਂ ਦੇ ਪੈਦਾ ਹੋਣ ਨਾਲ ਪੈਸਾ ਬਣਿਆ ਸਾਡਾ ਹੈ, ਚੌਲ ਦੇ ਪੈਦਾ ਹੋਣ ਨਾਲ ਪੈਸਾ ਬਣਿਆ ਸਾਡਾ ਹੈ, ਮਕਈ ਦੇ ਪੈਦਾ ਹੋਣ ਨਾਲ ਪੈਸਾ ਬਣਿਆ ਸਾਡਾ ਹੈ, ਮੂੰਗੀ ਦੇ ਪੈਦਾ ਹੋਣ ਨਾਲ ਪੈਸਾ ਬਣਿਆ ਸਾਡਾ ਹੈ। ਨਬਾਰਡ ਕੋ ਘਰੇ ਮਸ਼ੀਨ ਨਹੀਂ ਲਾਈ ਹੋਈ, ਜੇ ਮਸ਼ੀਨ ਲਾਈ ਤਾਂ ਰਿਜ਼ਰਵ ਬੈਂਕ ਬੰਬੇ ਲੱਗੀ ਹੋਈ ਹੈ, ਇੱਕ ਪੂਨੇ ਲੱਗੀ ਹੋਈ ਹੈ ਸਿੱਕੇ ਛਾਪਣ ਵਾਲੀ, ਚਲਾਓ ਦਿਨ ਰਾਤ ਛਾਪੀ ਜਾਣ, ਕਿਉਂ ਨਹੀਂ ਛਾਪਦੇ? ਕਿਉਂਕਿ ਆਰਥਿਕਤਾ ਸਾਰੀ ਡਾਵਾਡੋਲ ਹੋ ਜਾਏਗੀ, ਤੇ ਆਰਥਿਕਤਾ ਨੂੰ ਸਾਂਭਿਆ ਕਿੰਨੇ ਹੋਇਆ ਅਸੀਂ, ਕਿਉਂਕਿ ਪੈਦਾ ਅਸੀਂ ਕਰਨੇ ਆ। ਤੁਸੀਂ ਦੱਸੋ ਇੱਕ ਵੀ ਚੀਜ਼ ਪੈਦਾ ਕਰਦਾ ਸਾਡੇ ਤੋਂ ਬਗੈਰ ਹੋਰ ਕੋਈ? ਇੱਕ ਵੀ ਚੀਜ਼ ਦੱਸੋ ਸਾਡੇ ਤੋਂ ਬਿਨਾਂ ਹੋਰ ਕੋਈ ਕੌਣ ਪੈਦਾ ਕਰਦਾ ਨਵੀਂ? ਸਰ ਜਿਹੜਾ ਤੁਹਾਡਾ ਆਰਥਿਕਤਾ ਸਾਡੇ ਕੋਲ ਲੈ ਗਿਆ ਉੱਥੇ ਵੇਚ ਕੇ ਉਹਨੇ ਪੈਦਾ ਕੀਤੀ, ਮੈਂ ਉਸ ਤੋਂ ਪਿੱਛੇ ਨਹੀਂ ਭੱਜ ਰਿਹਾ ਤੇ ਮੈਂ ਤੁਹਾਡੇ ਨਾਲ।
ਬਿਲਕੁਲ ਜੀ, ਕਰਮਚਾਰੀਆਂ ਦੇ ਕੋਲ, ਬੈਂਕ ਕਰਮਚਾਰੀਆਂ ਦੇ ਕੋਲ ਕੋਈ ਵੀ ਜਵਾਬ ਨਹੀਂ ਸੀ ਉਸ ਵੀਰ ਦੀ ਗੱਲ ਦਾ, ਕਿਉਂਕਿ ਉਸ ਵੀਰ ਨੇ ਕਿਹਾ ਕਿ ਅਸੀਂ ਹਰ ਚੀਜ਼ ਦਾ ਟੈਕਸ ਦਿੰਦੇ ਹਾਂ, ਜੋ ਵੀ ਚੀਜ਼ ਹੈ, ਮੋਬਾਈਲ ਰੀਚਾਰਜ ਕਰਾਉਂਦੇ ਹਾਂ, ਫੋਨ ਲੈਂਦੇ ਹਾਂ, ਚੱਪਲ ਲੈਂਦੇ ਹਾਂ, ਕੱਪੜੇ ਲੈਂਦੇ ਹਾਂ, ਕੁਛ ਵੀ ਲੈਂਦੇ ਹਾਂ, ਲੇਕਿਨ ਉਸ ਦਾ ਟੈਕਸ ਜਿਹੜਾ ਅਸੀਂ ਅਦਾ ਕਰਦੇ ਹਾਂ। ਫਿਰ ਇਹ ਲੋਕ ਕਿਉਂ ਸਾਨੂੰ ਆ ਕੇ ਕਰਦੇ ਨੇ ਤੰਗ ਅਤੇ ਪਰੇਸ਼ਾਨ?